आकाशवाणी खबरा अभिलाषा शर्मा कोला पहले खास खास खबरा प्रधानमंत्री नरेंद्र मोदीओ रे आंध्र प्रदेश ते तेलंगाना दे मुख्यमंत्री एंगी भरोसा दवाया है जे उंदे राज्ये च बड़ी पारी बरखे करीब बनी दी विपदा आली हालात कन्ने निबड़ने च केंद्र सरकार उनेगी अर मुमकिन मदद उपलब्ध करवाग ਪਾਰਟੀ ਜਨਤਾ ਪਾਰਟੀ ਅਜੇ ਥੰਮਾ ਮੁਲਖ ਪਰ ਜੋ ਆਪਣਾ ਸਦਸਤਾ ਅਭਿਆਨ ਸ਼ੁਰੂ ਕਰਿਆ ਕਰਦੀ ਹੈ। ਕੋਲਕਾਤਾ ਜੋ ਮਹਿਲਾ ਸਖੇਤਰੂ ਡਾਕਟਰ ਲਈ ਨਿਆਂ ਦੀ ਮੰਗ ਕੀਤੀ ਲਈ ਹੈ ਜੰਦੀ ਰਾਤੀ ਹੋਏ ਦੇ ਵਿਰੋਧ ਪ੍ਰਦਰਸ਼ਨੇ ਚ ਮਨਨੇ ਪਰਮੰਨੇ ਦੇ ਬੰਗਾਲੀ ਐਕਟ੍ਰੇਨ ਤੇ ਫਿਲਮ ਉਦਯੋਗ ਦੀਆਂ ਹੋਰ ਨੇ ਅਸਤੀਆਂ ਇਸਾ ਲਤਾ। 1 ਅਗਸਤ ਮਹੀਨੇ ਦੌਰਾਨ ਮੁਲਖ ਚ 175000 ਕਰੋੜ ਰੁਪਏ ਦਾ ਜੀਐਸਟੀ ਰਾਜ ਸਭਾ ਅਸਲ ਹੋਇਆ ਜਿਹੜਾ ਪਿਛਲੇ ਬਰੇ ਦੇ ਅਗਸਤ ਮਹੀਨੇ ਕਠਰੇਗੇ ਦੇ ਜੀਐਸਟੀ ਥਮਾ। ਕੋਈ 10% ਤਮਾ ਹੈ ਤੇ ਭਾਰਤੀ ਪੈਰਾ ਐਥਲੀਟ ਪ੍ਰੀਤਿਪਾਲ ਔਰੇ ਮਹਿਲਾਇਆਂ ਦੇ 200 ਮੀਟਰ ਦੇ ਮੁਕਾਬਲੇ ਚ ਕੈਨ ਦਾ ਤਗਮਾ ਜਿੱਤੀ ਹੈ ਪੈरिस ਪੈਰਾ 올림픽 ਖੇਡਾਂ ਚ ਭਾਰਤ 기 ਇੱਕ ਹੋਰ ਤਗਮਾ ਦਵਾਇ ਦਿੱਤਾ ਹੈ ਖਬਰਾਂ ਤਫਸੀਲ ਕਰਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰੇ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੇ ਮੁੱਖ ਮੰਤਰੀਆਂ 기 ਆਪਣੇ ਰਾਜਾਂ ਚ ਭਾਰੀ ਬਰਖੇ ਕਾਰਨ ਇਸ ਆਪਦ ਕੰਨੇ ਨਿਭੜਨੇ ਲਈ ਕੇਂਦਰ ਸਰਕਾਰ ਆਸਿਆਰ ਸੰਭਵ ਮਦਦ ਦੇਨੇ ਦਾ ਆਸ਼ਵਾਸਨ ਦਿੱਤਾ ਹੈ ਅਧਿਕਾਰੀਆਂ ਦਾ ਸਿਆਜ ਪ੍ਰਧਾਨ ਮੰਤਰੀ ਹੋ ਰਹੇ ਹਨ ਭਾਰੀ ਬਰਖੇ ਤੇ ਆੜ ਦੇ ਮੱਦੇ ਨਜ਼ਰ ਆਂਧ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਤੇ ਤੇਲੰਗਾਨਾ ਦੇ ਮੁੱਖ ਮੰਤਰੀ ਐ ਰਿਵਿੰਥ ਰੇਡੀਨ ਦੇ ਕਨੇ ਫੋਨ ਪਰ ਗੱਲ ਕੀਤੀ ਕਲਾਧਰਾਬਾਦ ਸਨੇ ਤੇਲੰਗਾਨਾ ਦੇ ਮਤੇ ਸਾਰੇ ਹਿੱਸੇ ਚ ਭਾਰੀ ਬਰਖਾ ਖਬਰ ਹੀ ਦੀ ਹੈ ਇਸ ਕਰੀ ਤੇਲੰਗਾਨਾ ਚ ਅੱਜ ਸਭ ਨੇ ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਨੂੰ ਬੰਦ ਰੱਖਣ ਲਈ ਆਖਿਆ ਗਿਆ ਹੈ ਹੈਦਰਾਬਾਦ ਦੇ ਜ਼ਿਲ੍ਹਾ ਕਲੈਕਟਰ ਨੇ ਵਿਦਿਆਰਥੀਆਂ ਦੀ ਸੁਰੱਖਿਆ ਗੀ ਯਕੀਨੀ ਬਣਾਉਣ ਲਈ ਇਤਿਹਾਤ ਦੇ ਤੌਰ ਪਰ ਸਕੂਲਾਂ ਗੀ ਬੰਦ ਰੱਖਣ ਦੀ ਕੋਸ਼ਿਸ਼ ਕੀਤੀ। ਆਂਧਰ ਪ੍ਰਦੇਸ਼ ਚ ਪਿਛਲੇ ਦੋ ਚੌਂ ਦਿਨੇ ਚ ਹੋਈ ਦੀ ਭਾਰੀ ਵਰਖਾ ਕਾਰਨ ਕਈ ਥਾਰੇ ਖਾਸ ਤੌਰ ਪਰ ਵਿਜੇਵਾੜਾ ਤੇ ਇਸ ਦੇ ਕੰਨੇ ਲੱਗਦੇ ਇਲਾਕਿਆਂ ਚ ਜਨ ਜੀਵਨ ਪ੍ਰਭਾਵਿਤ ਹੋਇਆ। ਉਹਾਂ ਵਰਖਾ ਕਾਰਨ ਪ੍ਰਭਾਵਿਤ 17000 ਲੋਕਾਂ ਗੀ ਸੁਰੱਖਿਅਤ ਕੀਤਾ ਗਿਆ ਹੈ। ਭਾਰਤੀ ਜਨਤਾ ਪਾਰਟੀ ਅੱਜ ਤੋਂ ਆਪਣੀ ਸਦਸਤਾ ਦਾ ਰਾਸ਼ਟਰੀ ਵਿਆਪੀ ਅਭਿਆਨ ਸ਼ੁਰੂ ਕਰ ਕਰਦੀ ਹੈ ਇਸ ਅਭਿਆਨ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਰੰਗੀ ਭਾਜਪਾ ਅਧਿਐਖ ਜਗਤ ਪ੍ਰਕਾਸ਼ ਨੱਡਾ ਤੋਂ ਮੰਦੀ ਸਦਸਤਾ ਦੀ ਨਵੇਂ ਸਰੀਆ ਸ਼ੁਰੂ ਕਰਨ ਲਈ ਪ੍ਰਮਾਣ ਪੱਤਰ ਦੇਣ ਕਰਨੇ ਹੋਗਾ ਮੌਜੂਦਾ ਸਭਨੇ ਸਦਸਿਆਂ ਕੀ ਆਪਣੀ ਸਦਸਤਾ ਨਵੇਂ ਸਰੀਆ ਸ਼ੁਰੂ ਕਰਨ ਦੀ ਲੋੜ ਹੋਗਾ ਭਾਰਤੀ ਜਨਤਾ ਪਾਰਟੀ ਮੁਜਬ ਅਰ ਪੰਜੇ ਛੇ ਬ੍ਰਾਂਚੋ ਸਦਸਤਾ ਅਭਿਆਨ ਨਵੇਂ ਸਰੀਆ ਚਲਾਇਆ ਜਾਂਦਾ ਹੈ ਇਹ ਅਭਿਆਨ ਅਜੇ ਥਮਾ ਸ਼ੁਰੂ ਹੋਇਆ 10 ਨਵੰਬਰ ਤੱਕ ਕਈ ਚਰਨਾਂ ਚ ਚਲایا ਜਾਵੇਗਾ ਇਸ ਅਭਿਆਨ ਤਹਿਤ ਪਹਿਲਾ ਚਰਨ 5 ਸਤੰਬਰ ਦੀ ਸਮਾਪਤ ਹੋਗ ਵਿਅਕਤੀਗਤ ਤੌਰ ਪਰ ਮਿਸਟ ਕਾਲਰਾਂ ਜਾਂ ਪਾਰਟੀ ਦੀ ਵੈਬਸਾਈਟ ਜਾਂ ਹੋਰ ਕੋਈ ਡਿਜੀਟਲ ਪਲੇਟਫਾਰਮ ਪਰ ਸਾਈਨ ਅਪ ਕੀਤਾ ਜਾ ਸਕਦਾ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਅਜੇ ਥਮਾ ਮਹਾਰਾਸ਼ਟਰ ਦੇ 3 ਦਿਨ ਦੇ ਦੌਰੇ ਪਰ ਉਗਨ अपने दौरे दे पहले दिन ओ कोलापुर दे वाराणसी नगर च श्री वाराणसी महिला कोपरेटिव ग्रुप दे गोल्डन जुबली आले समारोह च हिस्सा लेंगन एन्त दुए ओ पुणे च सिम्बियोसिस इंटरनेशनल डीम्ड यूनिवर्सिटी दे इक्में दीक्षांत समारोह संबोधित करगन अलावा ओ मुंबई च महाराष्ट्र विधान परिषद शताब्दी बरे समारोह च भी शिरकत करगन ਆਪਣੇ ਦੌਰੇ ਦੇ ਅਖੀਰਲੇ ਦਿਹਾੜੇ ਉਹ ਲਾਤੂਰ ਦੇ ਉਦਗਿਰ ਚ ਬੁੱਧ ਵਿਹਾਰ ਦਾ ਉਦਘਾਟਨ ਕਰ ਗਣ ਤੇ ਕੰਨੇ ਮੁੱਖ ਮੰਤਰੀ ਮਾਜੀ ਲਾੜਕੀ ਬਹਿਨ ਯੋਜਨਾ ਦੇ ਲਾਭਾਰਥੀ ਕੰਨੇ ਗੱਲਬਾਤ ਵੀ ਕਰਨਗਣ ਰਾਸ਼ਟਰਪਤੀ ਦ੍ਰੋਪਦੀ ਮੁਰਮੂਰੇ ਆਖਿਆ ਜੇ ਅਦਾਲਤਾਂ ਚ ਬਕਾਇਆ ਪਏ ਦੇ ਮਾਮਲੇਂ ਕੀ ਟਕ ਕਰਨਾ ਨਿਆ ਪਾਲਿਕਾ ਲਈ ਇੱਕ ਵੱਡੀ ਚੁਣੌਤੀ ਐ ਕੱਲ ਨਮੀ ਦਿੱਲੀ ਚ ਰਾਸ਼ਟਰੀ ਜ਼ਿਲ੍ਹਾ ਨਿਆਪਾਲਿਕਾ ਸੰਮੇਲਨ ਕੀ ਸੰਬੋਧਿਤ ਕਰਦੇ ਹੋਈ ਰਾਸ਼ਟਰਪਤੀ ਹੋ ਰਿਆ ਆਖਿਆ ਜੇ ਸਭ ਨੇ ਇਤਤਾਰ ਕੀ ਗੇ ਇੱਕ ਜੁਟੋਈ ਇਹ ਬਕਾਇਆ ਮਾਮਲੇ ਦਾ ਹੱਲ ਤਪਨਾ ਲੋਟਦਾ केन्द्रीय विधि त्याय मंत्री अर्जुन राम मेघवाल इस मौके पर आख्या न्याय प्रणाली का एक खरा बदिया तंत्र आम लिए उपलब्ध होना चाहता है भारत प्रधान न्यायाधीश न्यायमूर्ति डी वाई चंद्रचूड होगा बकाया मामले जो कमी आनने ਕਜੇਰੀਗੇਦੀ ਕਮੇਟੀ ਨੇ ਇਹਨਾਂ ਮਾਮਲਿਆਂ ਦੇ ਹੱਲ ਲਈ ਇੱਕ ਕਾਰੀ ਯੋਜਨਾ ਨਿਧੀ ਰੂਪਰੇਖਾ ਤਿਆਰ ਕੀਤੀ ਹੈ ਪ੍ਰਧਾਨ న్యాయਦੀਸ਼ ਹੋਰਿਆਖਿਆ ਜਿਸ ਸਰਵੋੱਚ ਦਾਲਤੇ ਹਲਜਗ ਹੈ ਆਪਣੀ ਪਹਿਲੀ ਰਾਸ਼ਟਰੀ ਲੋਕ ਅਦਾਲਤ ਸੰਪੰਨ ਕੀਤੀ ਹੈ ਇਹਦੇ ਜੋ ਤਕਰੀਬਨ 1000 ਮਾਮਲਿਆਂ ਕੀ ਕੰਮਕਾਜ आले ਪੰਜੇ ਧਿਆਣੇ ਦੇ ਅੰਦਰ ਅੰਦਰ ਆਪਸੀ ਸਹਿਮਤੀ ਕਰਨੇ ਨਬੇੜ ਦਿੱਤਾ ਗਿਆ ਹੈ ਕੋਲਕਾਤਾ ਚ ਪਿਛਲੇ ਮਹੀਨੇ ਆਰਜੀ ਕਰ ਹਸਪਤਾਲ ਦੇ ਮਹਿਲਾ ਡਾਕਟਰ ਕੰਨੇ ਦੁਸ਼ਕਰਮ ਤੇ ਹੱਤਿਆ ਦੇ ਮਾਮਲੇ ਖਿਲਾਫ ਬੰਗਾਲੀ ਕਲਾਕਾਰ ਤੇ ਉਦਯੋਗ ਜਗਤ ਦੇ ਹੋਰ ਨੇ ਮੰਨੇ ਪਰ ਮੰਨੇ ਦੇ ਲੋਕੇ ਵਿਰੋਧ ਪ੍ਰਦਰਸ਼ਨ ਚ ਹਿੱਸਾ ਲੈਤਾ ਤੇ ਨਿਆਂ ਦੀ ਮੰਗ ਕੀਤੀ ਸ਼ਹਿਰ ਦੇ ਕਾਲਜ ਸਕੁਅਰ ਚ ਸ਼ੁਰੂ ਹੋਈ ਦੀ ਇੱਕ ਵੱਡੀ ਰੈਲੀ ਚ ਕਲਾਕਾਰਾਂ ਤੇ ਮਸ਼ਹੂਰ ਹਸਤੀਆਂ ਜਿੰਦੇ ਚ ਅਪਰਨਾ ਸੇਨ ਸਵਾਸਤਿਕਾ ਮੁਖਰਜੀ ਸੁਦੀਪਤਾ ਚਕਰਬਰਤੀ ਚੈਤੀ ਘੋਸ਼ਾਲ ਸੋਹਣੀ ਸਰਕਾਰ ਤੇ ਉਹਨੇ ਸ਼ਾਮਲ ਹੈ ਜਿਨੇ ਸੈਂਟਰਲ ਐਵੇਨਿਊ ਦੇ ਕਨੇਕਨੇ ਮਾਰਚ ਕਰਿਆ ਪ੍ਰਸ਼ਿੱਖੂ ਡਾਕਟਰ ਦੀ ਨਿਆਹ ਦੇਣ ਦੀ ਮੰਗ ਕੀਤੀ ਕਲਾਕਾਰਾਂ ਸਨੇ ਪ੍ਰਦਰਸ਼ਨਕਾਰੀਆਂ ਧਰਨੇ ਲਾਏ ਤੇ ਅੱਜ ਬੜਲੇ ਤੱਕਰ ਵਿਰੋਧ ਪ੍ਰਦਰਸ਼ਨ ਵਾਲੀ ਥਾਰੇ ਪਰ ਮੌਜੂਦ ਰਹੇ ਉਹਨੇ ਮੰਗ ਕੀਤੀ ਜੇ ਸੱਤਾਧਾਰੀ ਤ੍ਰਿੰਮੂਲ ਕਾਂਗਰਸ ਦਾ ਕੋਈ ਨੁਮਾਇੰਦਾ ਜਾਂ ਪ੍ਰਸ਼ਾਸਨਕਾ ਕੋਈ ਵੀ ਉਹਦੇ ਕਨੇ ਮਲਾਟੀ ਕਰਿਆ ਇਸ ਮਾਮਲੇ ਚ ਸ਼ਾਮਲ ਲੋਕਾਂ ਦੀ ਜਾਂਚ ਤੇ ਗ੍ਰਿਫਤਾਰੀ ਦੀ ਉਹਦੀ ਮੰਗ ਕੀਤੀ ਟੋਲੇ ਗੈ ਪੂਰਾ ਕਰਾ ਪ੍ਰਦਰਸ਼ਨਕਾਰੀ ਕੋਲਕਾਤਾ ਦੇ ਕਈ ਇਸੈਂਚੋ ਮਾਰਚ ਕਰਿਆ ਤਰਨਲਾਏ ਜਿੰਦੇਚੋ ਐਸਪਲੇਨੇਡ ਤੇ ਜਵਾਹਰ ਲਾਲ ਨਹਿਰੂ ਰੋਡ ਐਸਐਨ ਬੈਨਰਜੀ ਰੋਡ ਵੀ ਸ਼ਾਮਲ ਐ ਇਕੋ ਰੈਲੀ ਜੋ ਸੇਂਟ ਜான் ਡਾਇਓਸੀਸਨ ਗਰਲਸ ਹਾਇਰ ਸਕੈਂਡਰੀ ਸਕੂਲ ਦੇ ਮੌਜੂਦਾ ਵਿਦਿਆਰਥੀ ਗਾਰਡੀਅਨਸ ਤੇ ਤਕਰੀਬਨ 300 ਪੂਰਵਾਛਾਤਰੀ ਇਕ ਰੈਲੀ ਕਾਜੀ ਤੇ ਮਾਮਲੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਦੇ ਹੋਈ ਨਿਆਂ ਦੀ ਮੰਗ ਕੀਤੀ ਇਹ ਖਬਰਾਂ ਤੁਸੀਂ ਆਕਾਸ਼ਵਾਨੀ ਪਰਾ ਸੁਣਾ ਕਰ ਦਿਓ ਇਸ ਬਰੇ ਦੇ ਅਗਸਤ ਮਹੀਨੇ ਦੌਰਾਨ ਮੁਲਖ ਚ 175000 ਕਰੋੜ ਰੁਪਏ ਦਾ ਜੀਐਸਟੀ ਰਾਜਸਤਵ ਆਸਲ ਵੈ ਜਿਹੜਾ ਪਿਛਲੇ ਬਰੇ ਦੇ ਅਗਸਤ ਮਹੀਨੇ ਕਠੇਰੇਗੇ ਦੇ 159000 ਕਰੋੜ ਰੁਪਏ ਦੇ ਜੀਐਸਟੀ ਕੋਲਾ ਕੋਈ 10 ਪ੍ਰਤੀਸ਼ਤ ਮਤਾ ਹੈ ਰਿਫੰਡ ਜਾਰੀ ਕਰਨ ਸਾਬਹਿਲੇ ਕੇਂਦਰ ਸਰਕਾਰੇ 3862 ਕਰੋੜ ਰੁਪਏ ਜਦ ਕੇ ਰਾਜ ਸਰਕਾਰੇ 38411 ਕਰੋੜ ਰੁਪਏ ਦੀ ਜੀਐਸਟੀ ਕਠੇਰੇਆ ਬਕ ਬਕ ਆਯਾਤਾਂ ਤੇ ਅੰਤਰਰਾਜੀ ਬਿਕਰੀਆਂ ਪਰ ਸੰਗਠਿਤ ਜੀਐਸਟੀ 93621 ਕਰੋੜ ਰੁਪਏ ਕਟੇਰਿਆ ਗਿਆ ਹੈ ਘਰੇਲੂ ਲੈਣ ਦੇਣ ਥਮਾ ਅਸਲ ਕੁੱਲ ਜੀਐਸਟੀ ਰਾਜਸਵ 9.2 ਪ੍ਰਤੀਸ਼ਤ ਵਧੀ ਹੈ 1 ਲੱਖ 5000 ਕਰੋੜ ਰੁਪਏ ਹੋ ਗਿਆ ਹੈ ਪਿਛਲੇ ਬਰੇ ਦੇ ਆંકੜੇ ਦੇ ਮੁਕਾਬਲੇ ਮਾਲ ਸਮਯਾਨ ਦੇ ਆਯਾਤ ਥਮਾ ਅਸਲ ਰਾਜਸਵ 12.1 ਪ੍ਰਤੀਸ਼ਤ ਵਧੀ ਹੈ 9976 ਕਰੋੜ ਰੁਪਏ ਹੋ ਗਿਆ ਹੈ ਅਗਸਤ ਤੱਕ ਅਸਲ ਸ਼ੁੱਧ ਜੀਐਸਟੀ ਰਾਜਸਵ 8 ਲੱਖ 7000 ਕਰੋੜ ਰੁਪਏ ਹੈ ਜਿਹੜਾ ਪਿਛਲੇ ਬਰੇ ਥਮਾ 10.2 ਪ੍ਰਤੀਸ਼ਤ ਮਤਾ ਹੈ ਜੰਮੂ ਕਸ਼ਮੀਰ ਚ ਭਾਜਪਾ ਦੇ ਚੋਣ ਪ੍ਰਚਾਰ ਕੀ ਬੜਾ ਵਧੇ ਨੇ ਤਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾਹ ਤੇ ਪਾਰਟੀ ਦੇ ਹੋਰ ਦੂਏ ਵਰਿਸ਼ਟ ਮੰਤਰੀ 8 ਸਤੰਬਰ ਥਮਾ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਜਣ ਵਾਲੇ ਨੇ ਭਾਰਤ ਜਨਤਾ ਪਾਰਟੀ ਦੇ ਇੱਕ ਸੀਨੀਅਰ ਲੀਡਰ ਨੇ ਦੱਸਿਆ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੇ ਦੂਏ ਗੇੜ ਦੌਰਾਨ ਪ੍ਰਚਾਰ ਤਾਈ ਜੰਮੂ ਕਸ਼ਮੀਰ ਆਈ ਸਕਦੇ ਨੇ ਕਰੋ ਉਰਦੂ ਦੇ ਮੰਤਰੀ ਪੱਕੇ ਤੌਰ ਪਰ 10 ਸਤੰਬਰ ਥਮਾ ਜੰਮੂ ਕਸ਼ਮੀਰ ਦਾ ਦੌਰਾ ਲੰਗਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਵਰਿਸ਼ਟ ਪੱਤਰਕਾਰ ਤੇ ਸਾਹਿਤਕਾਰ ਉਮੇਸ਼ ਉਪਾਧਿਆਏ ਉੰਦੇ ਨਿਦਨ ਪਰ ਸ਼ੋਕ ਜਤਾਇਆ। ਇੱਕ ਸੋਸ਼ਲ ਮੀਡੀਆ ਪੋਸਟ ਚ ਸ਼੍ਰੀ ਮੋਦੀ ਹੋਰੇ ਆਖਿਆ ਜਿ ਵਰਿਸ਼ਟ ਪੱਤਰਕਾਰ ਹੁੰਦਾ ਨਿਦਨ ਪੱਤਰਕਾਰੀਤਾ ਦੀ ਦੁਨੀਆ ਲਈ ਇੱਕ ਅਪੂਰਨ ਸ਼ਤਿ ਹੈ। ਮੋਦੀ ਹੋਰੇ ਇਸ ਦੁਖੈ ਦੀ ਘੜੀ ਚ ਉੰਦੇ ਪਰਿਵਾਰ ਕੰਨੇ ਸੰਵੇਦਨਾ ਵੀ ਜਤਾਈ। ਦੱਖਣ ਦਿੱਲੀ ਦੇ ਬਸੰਤ ਕੁੰਜ ਲਾਕੇ ਚ ਇੱਕ ਅੰਡਰ ਕੰਸਟਰਕਸ਼ਨ ਇਮਾਰਤ ਦੀ ਚੌਥੀ ਮੰਜ਼ਲ ਥਮਾ ਡਿੱਗਨੇ ਕਰੀ ਉਮੇਸ਼ उपाध्याय ਹੰ ਦੀ ਮੌਤ ਹੋ ਗਈ ਪੁਲਿਸ ਨੇ ਦੱਸਿਆ ਜਿ ਉਮੇਸ਼ उपाध्याय ਆਪਣੇ ਕਰਿਆ ਦੀ ਮਰਮਮਤ ਦੇ ਕੰਮ ਦਾ ਨਿਰੀਖਣ ਕਰਾ ਕਰਦੇ ਹੈ ਜਿਸ ਲੈ ਉਹ ਚਾਂਚਕ ਗਿਆ ਗਲਤੀ ਕਰਨੇ ਚੌਥੀ ਮੰਜ਼ਲ ਥਮਾ ਡਿੱਗੀ ਗਏ ਤੇ ਉਹਦੇ ਸਿਰਾ ਪਰ ਝੋਟ ਲੱਗੀ ਉਹਨੇ ਗੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਨੇ ਗੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਮਹਾਰਾਸ਼ਟਰ ਚ ਮੁੰਬਈ ਕੋਲ ਚੇਂਬੂ ਇਲਾਕੇ ਚ ਇੱਕ ਕਾਰ ਦੇ ਛਿੜਕੇ ਪਰ ਖੜੋਤੇ ਦੇ ਟਰੱਕ ਕਨੇ ਉਹੀ ਦੀ ਟੱਕਰ ਕਾਰਨ ਤਰੇ ਲੋਕਾਂ ਦੀ ਮੌਤ ਹੋਈ ਗਈ ਤੇ ਤਰੇ ਹੋਰ ਜ਼ਖਮੀ ਹੋ ਗਏ ਇਹ ਹਾਦਸਾ ਉਸਲੇ ਪੇਸ਼ ਆਇਆ ਜਿਸ ਲੈ ਕਾਰ ਨੇ ਛੜਕੇ ਪਰ ਖੜੋਤੇ ਦੇ ਟੈਂਕਰ ਟਰੱਕ ਕੀ ਜਾਈ ਟੱਕਰ ਮਰੀ ਜਾਂਚ ਦੱਸਿਆ ਗਿਆ ਜੇ ਕਾਰ ਨੇ ਕਾਬੂ ਹਾਈ ਦਿੱਤਾ ਤੇ ਤੇਜ਼ ਰਫਤਾਰ ਕਾਰਨ ਸਿੱਧੇ ਟਰੱਕ ਕਰਨੇ ਚਾਏ ਬਜੀ ਪੁਲਸ ਦਾਖਨਾ ਹੈ ਜੇ ਹਾਦਸਾ ਦੁਪਹਿਰੀ 2 ਵਜੇ ਪੇਸ਼ ਆਇਆ ਤੇ ਜ਼ਖਮੀਆਂ ਕੀ ਨੇੜਮੇ ਹਸਪਤਾਲ ਚ ਦਾਖਲ ਕਰਾਇਆ ਗਿਆ ਪੈਰਿਸ 2024 ਪੈਰਾ 올림픽ਸ ਖੇਡਾਂ ਚ ਭਾਰਤੀ ਪੈਰਾ ਖਿਡਾਰੀ ਪ੍ਰਿਥੀਪਾਲੋ ਨੇ ਇੱਕ ਹੋਰ ਤਗਮਾ ਪਾਰਦਨਾ ਕੀਤਾ ਹੈ। ਉਹਨੇ ਮਹਿਲਾਇਆਂ ਦੀ 200 ਮੀਟਰ T35 ਦੇ ਫਾਈਨਲ ਚ ਕਾਂਦੀ ਤਗਮਾ ਜਿੱਤਿਆ। ਇਸ ਜਿੱਤ ਕਰਨ ਨੇ ਉਹ ਪਾਰਦੀ ਪਹਿਲੀ ਐਸੀ ਮਹਿਲਾ ਟਰੈਕ ਐਂਡ ਫੀਲਡ ਪੈਰਾ ਐਥਲੀਟ ਬਣੀ ਗਈ ਹੈ ਨਾ ਜਿਨੇ ਇੱਕੇ ਪੈਰਾ 올림픽ਸ ਖੇਡਾਂ ਚ ਦੋ ਤਗਮੇ ਜਿੱਤੇ ਨਾ। ਉਹਾਂ ਪਾਰਤੀ ਖਿਡਾਰੀ ਨਿਸ਼ਾਦ ਕੁਮਾਰ ਹੋਰੇ ਵੀ ਮਰਦਾਂ ਦੇ ਹਾਈ ਜੰਪ T47 ਇਵੈਂਟ ਚ 2.04 ਮੀਟਰ ਕਰਨੇ ਚਾਂਦੀ ਦਾ ਤਗਮਾ ਆਪਣੇ ਨਾਂ ਕੀਤਾ। पेरिस ओलंपिक्स 2024 सौ चौबी के पंजमे रोज भारतीय खड़ारियों और मते तगमे जितने की मदद बुझी जा रही है पैरा तिरंदाज शीतल देवी ते राकेश कुमार भी मिक्स्ड कंपाउंड ओपन सेक्शन प्रतियोगिता मैदान उतरगन च भारत आसिया सब्बे मैच तगमे आच हं ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੇ ਮੁੱਖ ਮੰਤਰੀਆਂ ਕੀ ਭਰੋਸਾ ਦਵਾਇਆ ਜਿਉਂਦੇ ਰਾਜਾਂ ਚ ਬੜੀ ਭਾਰੀ ਬਰਖਾ ਕਰੀ ਬਣੀ ਦੀ ਵਿਪਦਾਲੀ ਹਾਲਾਤ ਕਰਨੇ ਨਿਭੜਨੇ ਚ ਕੇਂਦਰ ਸਰਕਾਰ ਉਨੇ ਕੀਰ ਮਮਕਰ ਮਦਦ ਉਪਲਬਧ ਕਰਵਾਗ ਭਾਰਤੀ ਜਨਤਾ ਪਾਰਟੀ ਅਜੋਥਮਾ ਮੁਲਕ ਪਰਾਚੋ ਆਪਣਾ ਸਦਸਤਾ ਬਿਆਨ ਸ਼ੁਰੂ ਕਰਾ ਕਰ ਦਿਆ ਹੈ ਕੋਲਕਾਤਾ ਚੋ ਮਹਿਲਾ ਸਖੇਤਰੂ ਡਾਕਟਰ ਲਈ ਨਿਆਦੀ ਮੰਗ ਕੀ ਲਈ ਹੈ ਜੰਦੀ ਰਾਤੀ ਹੋਏ ਦੇ ਵਿਰੋਧ ਪ੍ਰਦਰਸ਼ਨ ਚ ਮੰਨਿਆ ਪਰਮੰਨ ਦੇ ਬੰਗਾਲੀ ਐਕਟਰ ਤੇ ਫਿਲਮ ਉਦਯੋਗ ਦੀਆਂ ਹੋਰ ਨੇ ਅਸਤੀਆਂ ਇਸਾ ਲੇਤਾ 2 ਜੰਦੀ ਅਗਸਤ ਮਹੀਨੇ ਦਰਾਨ ਮੁਲਖ ਚ 175000 ਕਰੋੜ ਰੁਪਏ ਦਾ ਜੀਐਸਟੀ ਰਾਜ ਸਭਾ ਸਲਵ ਆਇਆ ਜਿਹੜਾ ਪਿਛਲੇ ਬਰੇ ਦੇ ਅਗਸਤ ਮਹੀਨੇ ਕਠਰੇਗੇ ਦੇ ਜੀਐਸਟੀ ਥਮਾ ਕੋਈ 10% ਮਤਾਇ ਇਹ ਦੇ ਕੰਨੇਗੇ ਖਬਰਾਂ ਦਾ ਬੁਲੇਟਿਨ ਸਮਾਪਤ ਹੋਆ